ਯੂਪੀ ਦੇ ਉੱਤਰਾਖੰਡ ਵਿੱਚ ਨਜਾਇਜ਼ ਸ਼ਰਾਬ ਪੀਣ ਨਾਲ ਹੁਣ ਤੱਕ 70 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਤਰਾਖੰਡ ਦੇ ਹਰਿਦੁਆਰ ਵਿੱਚ 13, ਸਹਾਰਨਪੁਰ ਵਿੱਚ 46 ਅਤੇ ਕੁਸ਼ੀਨਗਰ ਵਿੱਚ 11 ਜਣਾਂ ਦੀ ਮੌਤ ਹੋ ਗਈ। ਇੰਨੀ ਵੱਡੀ ਗਿਣਤੀ ਮੌਤਾਂ ਤੋਂ ਬਾਅਦ ਯੂਪੀ ਪੁਲਿਸ ਪ੍ਰਸ਼ਾਸਨ ਦੇ ਆਬਕਾਰੀ ਵਿਭਾਗ ਪੂਰੀ ਤਰ੍ਹਾਂ ਹਿੱਲ ਗਿਆ ਹੈ। ਸਹਾਰਨਪੁਰ ਦੇ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਸ਼ਰਾਬ ਦੀ ਜਾਂਚ ਕਰਨ ਲਈ ਇਸਨੂੰ ਲਖਨਊ ਲੈਬ ਭੇਜਿਆ ਗਿਆ ਹੈ। 405 ਲੀਟਰ ਨਜਾਇਜ਼ ਸ਼ਰਾਬ ਜ਼ਬਤ ਕਰ ਲਈ ਗਈ ਹੈ। ਹੁਣ ਤੱਕ ਦੀ ਹਾਸਲ ਜਾਣਕਾਰੀ ਵਿੱਚ ਸੰਕੇਤ ਮਿਲੇ ਹਨ ਕਿ ਸ਼ਰਾਬ ਨੂੰ ਤੇਜ਼ ਬਣਾਉਣ ਦੇ ਲਈ ਚੂਹੇ ਮਾਰਨ ਦੀ ਦਵਾਈ ਦਾ ਇਸਤੇਮਾਲ ਕੀਤਾ ਜਾਂਦਾ ਸੀ। ਉਹਨਾਂ ਦੱਸਿਆ ਕਿ ਸਹਾਰਨਪੁਰ ਦੇ ਕੁਝ ਲੋਕ ਮੇਰਠ ਦੇ ਹਸਪਤਾਲ ਵਿੱਚ ਦਾਖਲ ਹਨ। 3 ਥਾਣਿਆਂ ਵਿੱਚ FIR ਦਰਜ ਕੀਤੀ ਜਾ ਚੁੱਕੀ ਹੈ ਅਤੇ 30 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸਹਾਰਨਪੁਰ ਉੱਤਰਾਖੰਡ ਸਰਹੱਦ 'ਤੇ ਅਭਿਆਨ ਚਲਾਇਆ ਜਾਏਗਾ। ਦੱਸਿਆ ਜਾਂਦਾ ਹੈ ਕਿ ਇਹ ਸ਼ਰਾਬ ਉੱਥੇ ਹੀ ਬਣਾਈ ਜਾਂਦੀ ਸੀ। ਜ਼ਿਲ੍ਹੇ ਦੇ ਮਾਹੀ, ਸਲੇਮਪੁਰ, ਤਾਜਪੁਰ, ਸਰਬਤਪੁਰ, ਖੁੱਡਾ ਮੋਹਲ, ਆਸਨ ਵਾਲੀ, ਜੰਗਪੁਰੀ ਅਤੇ ਕੋਲਕੀ 'ਚ ਜਦੋਂ ਇੱਕ ਸਾਰ ਅਰਥੀਆਂ ਨਿਕਲੀਆਂ ਤਾਂ ਦਿਲ ਦਹਿਲ ਉੱਠਿਆ। ਦੱਸ ਦਈਏ ਕਿ ਸਰਕਾਰੀ ਅੰਕੜੇ ਮੁਤਾਬਕ ਅਜੇ ਤੱਕ ਸਿਰਫ 46 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ, ਪਰ 70 ਦੇ ਕਰੀਬ ਲੋਕ ਮਰ ਚੁੱਕੇ ਹਨ ਅਤੇ ਅੰਕੜਾ ਹੋਰ ਵਧਣ ਦੇ ਆਸਾਰ ਹਨ। ਬਿਊਰੋ ਰਿਪੋਰਟ, ਆਵਾਜ਼ਕੌਮ TV।